ਮੈਂ ਪ੍ਰੇਰੀ ਵਿੰਡਸ ਪਾਰਕ ਆਇਆ ਜੀ, ਇੱਥੇ ਨਾਲ ਹੀ ਕੈਲਗਰੀ ਦਾ ਏਅਰਪੋਰਟ ਹੈ। ਦੇਖੋ ਜਹਾਜ਼ ਵੀ ਚੜ੍ਹਿਆ, ਹੁਣ ਜਹਾਜ਼ ਗਿਆ, ਜਹਾਜ਼ ਨੇ ਉਡਾਣ ਭਰੀ ਹੈ। ਉਹ ਜਿੱਥੇ ਪਿੱਛੇ ਲਾਸਟ ਲਾਈਟਾਂ ਚੱਲ ਰਹੀਆਂ ਨਾ, ਉਹ ਕੈਲਗਰੀ ਦਾ ਏਅਰਪੋਰਟ ਹੈ। ਉਹ ਸਾਹਮਣੇ ਦੇਖੋ ਤੁਸੀਂ, ਨਜ਼ਰ ਆਏਗਾ ਜਿੱਥੇ ਲਾਈਟਾਂ ਚੱਲਦੀਆਂ ਨਾ। ਮੈਂ ਪ੍ਰੇਰੀ ਵਿੰਡ ਪਾਰਕ ਦੇ ਟਾਪ ਦੇ ਉੱਪਰ ਆਇਆ ਹੋਇਆ। ਉਹ ਸਾਹਮਣੇ ਕੈਲਗਰੀ ਦਾ ਏਅਰਪੋਰਟ ਹੈ। ਆਹ ਦੇਖੋ ਪਾਰਕ, ਬਹੁਤ ਵੱਡੀ ਪਾਰਕ ਹੈ ਜੀ ਇਹ। ਇੱਥੇ ਕੈਲਗਰੀ ਦੇ ਵਿੱਚ ਜਦੋਂ ਨਗਰ ਕੀਰਤਨ ਨਿਕਲਦਾ, ਇੱਥੇ ਸਾਰਾ ਨਗਰ ਕੀਰਤਨ ਇੱਥੇ ਆ ਕੇ ਸਮਾਪਤੀ ਕਰਦੇ ਨੇ ਇਸ ਪਾਰਕ ਦੇ ਵਿੱਚ। ਬਹੁਤ ਵੱਡੀ ਪਾਰਕ ਹੈ ਜੀ। ਇਸ ਵੇਲੇ ਸ਼ਾਮ ਦਾ ਵੇਲਾ ਅਸੀਂ ਆਏ ਹਾਂ ਇੱਥੇ। ਉਹ ਡਾਊਨ ਟਾਊਨ ਹੈ ਜੀ ਪਿੱਛੇ, ਕੈਲਗਰੀ ਦਾ ਡਾਊਨ ਟਾਊਨ ਏਰੀਆ ਹੈ। ਇਹ ਸਾਰਾ ਕੈਲਗਰੀ ਦਾ ਏਰੀਆ ਜੀ। ਆਹ ਦੇਖੋ ਬੱਚੇ ਆਏ ਹੋਏ ਟਾਪ ਦੇ ਉੱਪਰ। ਇਹ ਨਾਲ ਹੀ ਇੱਥੇ ਇੱਕ ਬਹੁਤ ਵੱਡੀ ਮਸਜਿਦ ਹੈ ਇੱਥੇ ਦੀ, ਕੈਲਗਰੀ ਦੀ। ਆਹ ਬੱਚੇ ਵੀ ਦੇਖੋ ਖੇਡਣ ਵਾਸਤੇ ਆਏ ਹੋਏ ਨੇ ਇੱਥੇ। ਇਸ ਏਰੀਏ ਦੇ ਅੰਦਰ ਕੈਲਗਰੀ ਦੇ ਵਿੱਚ ਸਿੱਖਾਂ ਦੀ ਬਹੁਤ ਤਾਦਾਦ ਹੈ, ਸਿੱਖਾਂ ਦੀ ਫੈਮਿਲੀਜ਼ ਬਹੁਤ ਰਹਿੰਦੇ ਨੇ ਇੱਥੇ ਕੈਲਗਰੀ ਦੇ ਵਿੱਚ। ਆਹ ਦੇਖੋ ਸਿੱਖ ਬੱਚੇ ਬੈਠੇ ਹੋਏ ਨੇ, ਆਪਣਾ ਇੰਜੋਏ ਕਰ ਰਹੇ ਨੇ ਇੱਥੇ ਪਾਰਕ ਦੇ ਵਿੱਚ ਆ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਦੇਖੋ ਜੀ, ਸਿੱਖ ਫੈਮਿਲੀ ਦੇ ਬੱਚੇ ਬੈਠੇ ਹੋਏ ਨੇ, ਪਿਕਨਿਕ ਮਨਾ ਰਹੇ ਨੇ ਇੱਥੇ। ਫਤਿਹ ਬੁਲਾਈ ਹੈ ਇਹਨਾਂ ਨੇ।